Hello everyone. ਵੈਲਕਮ ਬੈਕ ਟੂ ਵਨ ਸਕੇਨ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਜੀ ਉਹ ਹੈਗਾ ਪਿਆਜੇਸ ਥਿਉਰੀ ਸਟੇਜ ਸੈਕਿੰਡ ਇਸ ਤੋਂ ਪਹਿਲਾਂ ਜਿਹੜੀ ਕਿ ਆਪਾਂ ਫਰਸਟ ਸਟੇਜ ਦੇ ਬਾਰੇ ਡਿਸਕਸ ਕਰ ਚੁੱਕੇ ਹਾਂ ਜਿਹਦੇ ਵਿੱਚ ਆਪਾਂ ਸੈਂਸਰੀ ਮੋਟਰ ਬਾਰੇ ਕਨਸੈਪਟ ਕਲੀਅਰ ਕੀਤਾ ਅੱਜ ਦੀ ਜਿਹੜੀ ਕਿ ਆ ਸੈਕਿੰਡ ਸਟੇਜ ਹੈਗੀ ਪ੍ਰੀ ਆਪਰੇਸ਼ਨ ਸਟੇਜ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਕਿ ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹੁੰਦੀ ਆ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਸਟੂਡੈਂਟਸ ਦੇ ਜਿਹੜੇ ਕਿ ਕਮੈਂਟਸ ਆਏ ਕਿ ਸਾਨੂੰ ਐਸਐਸਟੀ ਕਰਵਾ ਦਿਓ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਚੈਨਲ ਦੇ ਵਿੱਚ ਪਲੇਲਿਸਟ ਵਿੱਚ ਐਨਸੀਆਰਟੀ ਦੇ ਆ ਬੁੱਕਸ ਮੈਂ ਆਲਰੇਡੀ ਕਰਵਾ ਚੁੱਕੀ ਆ ਡੀਪ ਤਾਂ ਤੁਹਾਡੇ ਦੇ ਵਿੱਚ ਐਨਸੀਆਰਟੀ ਬੁੱਕ ਸੀ ਹੈ ਹਿਸਟਰੀ ਦੀਆ ਤੁਸੀਂ ਉੱਥੇ ਜਾਓ ਤੇ ਵੀਡੀਓ ਨੂੰ ਵਾਚ ਕਰੋ ਠੀਕ ਹੈ ਜੇਕਰ ਤੁਹਾਨੂੰ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟਸ ਕਰਕੇ ਦੱਸ ਸਕਦੇ ਹੋ ਤਾਂ ਮੈਂ ਉਹਨੂੰ ਜਿਹੜੀਆਂ ਵੀਡੀਓਜ਼ ਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰਕੇ ਵੀ ਤੁਹਾਨੂੰ ਸਮਝਾ ਦਵਾਂਗੀ ਠੀਕ ਹੈ ਤਾਂ ਚਲੋ ਹੁਣ ਸਟਾਰਟ ਕਰਦੇ ਆਂ ਅੱਜ ਦੀ ਸਟੇਜ ਦੇ ਵਿੱਚ ਪ੍ਰੀ ਆਪਰੇਸ਼ਨ ਸਟੇਜ ਜਿਹੜੀ ਬਹੁਤ ਇੰਪੋਰਟੈਂਟ ਹੈਗੀ ਆ ਠੀਕ ਹੈ ਲੇਟਰ سوری अर्ली ਚਾਈਲਡਹੂਡ 스테ਜ ਨੂੰ ਹੀ ਜਿਹੜਾ ਕੀ ਆ ਇਹਨੇ ਪ੍ਰੀ ኦਪਰੇਸ਼ਨਲ 스테ਜ ਦਾ ਨਾਮ ਦਿੱਤਾ ਹੈਗਾ ਪਿਆਜੇ ਨੇ ਠੀਕ ਹੈ ਤਾਂ ਇਹ ਬਹੁਤ ਹੀ ਇੰਪੋਰਟੈਂਟ ਹੈਗੀਆਂ ਇਹ ਸਾਰਿਆਂ ਦੇ ਸਾਰੀਆਂ 스테ਜ ਆ ਬਹੁਤ ਹੀ ਇੰਪੋਰਟੈਂਟ ਹੈਗੀਆਂ ਤੇ ਹਰ ਸਾਲ ਜਿਹੜਾ ਕੀ ਕੁਐਸਚਨ ਇਹਦੇ ਵਿੱਚੋਂ ਆ ਜਾਂਦੇ ਆ ਠੀਕ ਹੈ ਪ੍ਰੀ ኦਪਰੇਸ਼ਨਲ 스테ਜ ਇਹਨੂੰ ਕਿਉਂ ਕਿਹਾ ਗਿਆ ਇਹ ਹੁਣ ਪਹਿਲਾ ਵਰਡ ਦਾ ਮੀਨਿੰਗ ਜਾਣ ਲਓ ਕਿ ਪ੍ਰੀ ਦਾ ਮਤਲਬ ਹੁੰਦਾ ਹੈ ਪਿੱਛੇ ਠੀਕ ਹੈ ਤੇ ኦਪਰੇਸ਼ਨਲ ਦਾ ਮਤਲਬ ਹੋਇਆ ਜੇਕਰ ਆਪਾਂ ኦਪਰੇਸ਼ਨਲ ਦੀ ਗੱਲ ਕਰੀਏ ኦਪਰੇਸ਼ਨਲ ਦਾ ਮਤਲਬ ਹੈਗਾ ਲੌਜੀਕਲ ਥਿੰਕਿੰਗ ਠੀਕ ਹੈ ਜਾਣੀ ਕਿ ਇਹ ਸਟੇਜ ਦੇ ਵਿੱਚ ਬੱਚਾ ਜਿਹੜਾ ਕੀ ਆ ਲੌਜੀਕਲ ਥਿੰਕਿੰਗ ਲਾਉਣ ਲਈ ਪਿੱਛੇ ਰਹਿ ਜਾਂਦਾ ਠੀਕ ਹੈ ਬੱਚਾ ਜਿਹੜਾ ਕੀ ਆ ਆਪਦਾ ਲੌਜੀਕਲ ਕੀ ਹੁੰਦਾ ਤਰਕ ਲਗਾਉਣ ਵਿੱਚ ਜਿਹੜਾ ਕੀ ਆ ਪਿੱਛੇ ਰਹਿ ਜਾਂਦਾ ਤਾਂ ਇਹ ਸਟੇਜ ਦੇ ਵਿੱਚ ਇਹੀ ਚੀਜ਼ ਹੀ ਸਾਰੀ ਡਿਸਕ੍ਰਾਈਬ ਕੀਤੀ ਗਈ ਆ ਸਾਰੀ ਸਟੇਜ ਦੇ ਵਿੱਚ ਇਹੀ ਕਨਸੈਪਟ ਕਲੀਅਰ ਕੀਤਾ ਗਿਆ ਕਿ ਬੱਚਾ ਆਪਦਾ ਜਿਹੜਾ ਕੀ ਇੱਥੇ ਤਰਕ ਨਹੀਂ ਲਾ ਲਾ ਪਾਂਦਾ ਠੀਕ ਹੈ ਸਭ ਤੋਂ ਪਹਿਲਾਂ ਆ ਗਿਆ ਆਪਰੇਸ਼ਨ 멘ਟਲ ਪ੍ਰੋਸੈਸ ਇਹਦੇ ਵਿੱਚ ਕੀ ਹੈ ਕਿ ਬੱਚਾ ਜਿਹੜਾ ਕਿ ਆਪਣਾ 멘ਟਲ ਪ੍ਰੋਸੈਸ ਕਰਦਾ ਠੀਕ ਹੈ ਉਹਦੇ ਵਿੱਚ ਜਿਵੇਂ ਕਿ ਮੈਂ ਇੱਥੇ ਤੁਹਾਨੂੰ ਸਮਝਾਇਆ ਕਿ ਲੌਜੀਕਲ ਥਿੰਕਿੰਗ ਹਨਾ ਉਹਦੇ ਵਿੱਚ ਇਸ ਚੀਜ਼ ਦੀ ਕਮੀ ਆ ਬੱਚਾ ਤਰਕ ਨਹੀਂ ਲਗਾ ਪਾਂਦਾ ਆਪਣਾ ਦਿਮਾਗ ਦਾ ਇੰਨਾ ਯੂਜ਼ ਨਹੀਂ ਕਰ ਪਾਂਦਾ ਇਸ ਸਟੇਜ ਦੇ ਵਿੱਚ ਉਹ ਚੀਜ਼ ਪਿੱਛੇ ਰਹਿ ਜਾਂਦੀ ਹੈ ਉਹਦੀ ਠੀਕ ਹੈ ਤਾਂ ਇਹਦੇ ਵਿੱਚ ਸਿਰਫ ਇੰਨਾ ਹੀ ਦਿੱਤਾ ਗਿਆ ਕਿ ਇੱਕ ਤਰ੍ਹਾਂ ਦਾ ਇਹ 멘ਟਲ ਪ੍ਰੋਸੈਸ ਆ ਇਹਦੇ ਵਿੱਚ ਠੀਕ ਹੈ ਨੈਕਸਟ ਜੇਕਰ ਗੱਲ ਕੀਤੀ ਜਾਵੇ ਲੈਕ ਆਫ ਕਨਜ਼ਰਵੇਸ਼ਨ ਜਾਂ ਸੈਂਟਰੇਸ਼ਨ ਲੈਕ ਆਫ ਕਨਜ਼ਰਵੇਸ਼ਨ ਉਹ ਹੁੰਦਾ ਜਿਹਦੇ ਵਿੱਚ ਬੱਚਾ ਜਿਹੜਾ ਕੀ ਆਕਾਰ ਠੀਕ ਹੈ ਆਕਾਰ ਨੂੰ ਨਹੀਂ ਦੇਖ ਪਾਂਦਾ ਕਿਸੇ ਚੀਜ਼ ਦੇ ਚਾਰੇ ਪੱਖੋਂ ਨਹੀਂ ਦੇਖ ਸਕਦਾ ਆਕਾਰ ਦੇ ਵਿੱਚ ਨਾ ਤਾਂ ਬੱਚੇ ਨੂੰ ਲੰਬਾਈ ਚੜਾਈ ਇਹਦੇ ਬਾਰੇ ਕੋਈ ਵੀ ਨੋਲੇਜ ਨਹੀਂ ਹੁੰਦੀ ਠੀਕ ਹੈ ਤੇ ਸੈਂਟਰੇਸ਼ਨ ਉਹ ਹੁੰਦਾ ਜਦੋਂ ਬੱਚਾ ਇੱਕੋ ਪੱਖ ਵੱਲ ਸਮਝੇ ਇੱਕੋ ਪੱਖ ਨੂੰ ਦੇਖੇ ਉਹਨੂੰ ਚਾਰੇ ਪਾਸੇ ਨਹੀਂ ਦੇਖਣਾ ਉਹਨੇ ਇੱਕੋ ਪੱਖ ਵੱਲ ਨੂੰ ਹੀ ਸਮਝ ਕੇ ਚੱਲਣਾ ਠੀਕ ਹੈ ਇਕੋ ਪੱਖ ਵਾਲ ਬੱਚੇ ਦਾ ਜਿਹੜਾ ਕਿ ਇਹ ਧਿਆਨ ਹੋਊਗਾ ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਨੀ ਆ ਲੈਕ ਆਫ ਕਨਜ਼ਰਵੇਸ਼ਨ ਵਿੱਚ ਮੰਨ ਲਓ ਬੱਚਾ ਹੁਣ ਹਨਾ ਆਕਾਰ ਤੇ ਲੰਬਾਈ ਚੌੜਾਈ ਬਾਰੇ ਨਹੀਂ ਇਹ ਪਿਆਜੇ ਨੇ ਰਿਸਰਚ ਕੀਤੀ ਪਿਆਜੇ ਨੇ ਕੀ ਕੀਤਾ ਪਿਆਜੇ ਨੇ ਜਿਹੜੇ ਕੀ ਆ ਦੋ ਉਹ ਗਲਾਸ ਲਿੱਤੇ ਇਕੋ ਜੇ ਦੋ ਉਹਨੇ ਗਲਾਸ ਲਿੱਤੇ ਤੇ ਦੋ ਗਲਾਸ ਦੇ ਵਿੱਚ ਉਹਨੇ ਇੰਨਾ ਇੰਨਾ ਪਾਣੀ ਪਾ ਲਿਆ ਹਨਾ ਸੇਮ ਪਾਣੀ ਪਾਇਆ ਤੇ ਇੱਕ ਉਹਨੇ ਜਿਹੜਾ ਗਲਾਸ ਆ ਬਹੁਤ ਜ਼ਿਆਦਾ ਵੱਡਾ ਲੈ ਲਿਆ ਜਾਨੀ ਕਿ ਐਡਾ ਵੱਡਾ ਠੀਕ ਹੈ ਇਹ ਹੈਗਾ ਸੀ ਠੀਕ ਹੈ ਇਹਦੇ ਵਿੱਚ ਵੀ ਉਹਨੇ ਇੰਨਾ ਹੀ ਪਾਣੀ ਪਾਇਆ ਜਾਨੀ ਕਿ ਹੁਣ ਬੱਚੇ ਨੂੰ ਇਹ ਦਿਖਾਇਆ ਗਿਆ ਦੋ ਗਲਾਸ ਇੱਕੋ ਜਿਹੇ ਲਿੱਤੇ ਗਏ ਦੋਵਾਂ ਗਲਾਸ ਜਿਹੜੀ ਕਿ ਲੰਬਾਈ ਵੀ ਇੱਕੋ ਜੀ ਹੈ ਤੇ ਚੌੜਾਈ ਵੀ ਜਾਨੀ ਕਿ A ਤੇ B ਦੀ ਜਿਹੜੀ ਕੀ ਹੈ ਲੰਬਾਈ ਤੇ ਚੌੜਾਈ ਗਲਾਸ ਦੀ ਦੋਵਾਂ ਦੀ ਸੇਮ ਆ ਦੋਵਾਂ ਵਿੱਚ ਇੱਕੋ ਮਾਤਰਾ ਵਿੱਚ ਪਾਣੀ ਪਾਇਆ ਗਿਆ ਜਾਨੀ ਕਿ ਬਰਾਬਰ ਮਾਤਰਾ ਵਿੱਚ ਪਾਣੀ ਹੈ ਉਹਨਾਂ ਉਹਨਾਂ ਦੋਵਾਂ ਨੂੰ ਠੀਕ ਹੈ ਉਲਟਾ ਕੇ ਇੱਕ ਲੰਬੇ ਜਾਰ ਦੇ ਵਿੱਚ ਜਿਹੜਾ ਕਿ ਆ ਪਾ ਦਿੱਤਾ ਗਿਆ ਠੀਕ ਹੈ ਲੰਬੇ ਜਾਰ ਦੇ ਵਿੱਚ ਪਾ ਦਿੱਤਾ ਗਿਆ ਹੁਣ ਬੱਚੇ ਨੂੰ ਇਹ ਚੀਜ਼ ਪੁੱਛੀ ਗਈ ਕਿ ਤੂੰ ਇਹ ਚੀਜ਼ ਦੱਸ ਕਿ ਪਾਣੀ ਕਿਹਦੇ ਵਿੱਚ ਜ਼ਿਆਦਾ ਤਾਂ ਬੱਚਾ ਕੀ ਕਹਿੰਦਾ ਬੱਚਾ ਕਹਿੰਦਾ ਕਿ ਪਾਣੀ ਜਿਹੜਾ ਕੀ ਹੈ ਇਸ ਵਿੱਚ ਜ਼ਿਆਦਾ ਕਿਉਂ ਕਿਉਂਕਿ ਬੱਚੇ ਨੇ ਕੀ ਕੀਤਾ ਬੱਚੇ ਨੇ ਬੱਚੇ ਨੂੰ ਕੋਈ ਸਮਝ ਨਹੀਂ ਹੈਗੀ ਕਿ ਪਾਣੀ ਕਿਹਦੇ ਵਿੱਚ ਆ ਆਪਾਂ ਨੂੰ ਪਤਾ ਹੈ ਕਿ ਆ ਏ ਤੇ ਬੀ ਵਾਲੇ ਜਿਹੜੇ ਕਿ ਉਹ ਹੈਗੇ ਆ ਜਾਰ ਹੈਗੇ ਆ ਉਹਦੇ ਵਿੱਚ ਪਾਣੀ ਜਿਹੜੇ ਕਿ ਬਰਾਬਰ ਮਾਤਰਾ ਵਿੱਚ ਹੈਗਾ ਬਟ ਸੀ ਵਾਲੇ ਵਿੱਚ ਜਿਹੜਾ ਕੀ ਆ ਉਹਦੇ ਵਿੱਚ ਵੀ ਇਹਨਾਂ ਦੋਹਾਂ ਨੂੰ ਉਲਟਾ ਕੇ ਬਰਾਬਰ ਮਾਤਰਾ ਵਿੱਚ ਹੀ ਪਾਣੀ ਹੋਗੀ ਬਟ ਬੱਚੇ ਨੂੰ ਨਹੀਂ ਪਤਾ ਬੱਚੇ ਨੇ ਕੀ ਕੀਤਾ ਕਿ ਇਹਦੇ ਵਿੱਚ ਜ਼ਿਆਦਾ ਪਾਣੀ ਆ ਕਿਉਂ ਬੱਚੇ ਨੇ ਬਾਅਦ ਵਿੱਚ ਪੁੱਛਿਆਗੇ ਕਿ ਇਹਦੇ ਵਿੱਚ ਪਾਣੀ ਕਿਉਂ ਜ਼ਿਆਦਾ ਤਾਂ ਉਸਨੇ ਦੱਸਿਆ ਕਿ ਇਹਦੀ ਹਾਈਟ ਲੰਬੀ ਆ ਇਹ ਲੰਬਾ ਇਹ ਇਹਨਾਂ ਨਾਲੋਂ ਵੱਡਾ ਠੀਕ ਹੈ ਤਾਂ ਇੱਥੋਂ ਪਿਆਜੇ ਨੇ ਅੰਦਾਜ਼ਾ ਲਗਾਇਆ ਹੈ ਕਿ ਬੱਚੇ ਵਿੱਚ ਜਿਹੜੀ ਕਿ ਹੈ ਲੈਕ ਆਫ ਕਨਜ਼ਰਵੇਸ਼ਨ ਆ ਬੱਚਾ ਆਕਾਰ ਲੰਬਾਈ ਚੌੜਾਈ ਨੂੰ ਨਹੀਂ ਸਮਝਦਾ ਬੱਚੇ ਨੇ ਸਿਰਫ ਇੱਕ ਪੱਖ ਵਾਲੀ ਦੇਖਿਆ ਉਹਨੇ ਇਹਦੇ ਵਿੱਚ ਲੰਬਾਈ ਚੌੜਾਈ ਜਾਂ ਉਹਦੇ ਮਾਤਰਾਵਾਂ ਬਾਰੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਉਹਨੇ ਇਹ ਚੀਜ਼ ਨਹੀਂ ਨੋਟ ਕੀਤੀ ਉਹਨੇ ਜਸਟ ਸਿਰਫ ਇਹ ਚੀਜ਼ ਕੀਤੀ ਤਾਂ ਇੱਥੋਂ ਤੁਹਾਨੂੰ ਕਲੀਅਰ ਹੋ ਗਿਆ ਕਿ ਇਸ ਸਟੇਜ ਦੇ ਵਿੱਚ ਪ੍ਰੀ ਆਪਰੇਸ਼ਨ ਸਟੇਜ ਵਿੱਚ ਬੱਚੇ ਦੇ ਵਿੱਚ ਜਿਹੜੀ ਕਿ ਇਹ ਕਮੀ ਹੁੰਦੀ ਹੈ ਬੱਚਾ ਆਪਦਾ ਤਰਕ ਨਹੀਂ ਲਗਾ ਪਾਉਂਦਾ ਠੀਕ ਹੈ ਜੇਕਰ ਅਨਦਰ ਇੱਕ ਹੋਰ ਐਗਜ਼ਾਮਪਲ ਦੱਸਾਂ ਕਿ ਇੱਕ ਬੱਚੇ ਨੂੰ ਜਿਹੜਾ ਕੀ ਆ ਚਾਕਲੇਟ ਦਿੱਤਾ ਗਿਆ ਠੀਕ ਹੈ ਬੱਚੇ ਨੂੰ ਇੱਕ ਚਾਕਲੇਟ ਦਿੱਤਾ ਗਿਆ ਤੇ ਇੱਕ ਚਾਕਲੇਟ ਜਿਹੜਾ ਕੀ ਆ ਉਹਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਠੀਕ ਹੈ ਇੱਕ A ਚਾਕਲੇਟ ਆ ਇੱਕ B ਚਾਕਲੇਟ ਆ ਠੀਕ ਹੈ ਬੱਚੇ ਨੂੰ ਦੋ ਚਾਕਲੇਟ ਦਿੱਤੇ ਗਏ ਠੀਕ ਹੈ ਉਹਦੇ ਵਿੱਚੋਂ ਇੱਕ ਚਾਕਲੇਟ ਨੂੰ ਜਿਹੜਾ ਕੀ ਦੋ ਪਾਰਟਸ ਚ ਡਿਵਾਈਡ ਕਰ ਦਿੱਤਾ ਗਿਆ ਹੁਣ ਬੱਚੇ ਨੇ ਕੀ ਕੀਤਾ ਜਿਹੜਾ ਤਾਂ A ਵਾਲਾ ਚਾਕਲੇਟ ਸੀ ਉਹ ਬੱਚੇ ਨੇ ਨਹੀਂ ਲਿੱਤਾ ਠੀਕ ਹੈ ਬੱਚੇ ਨੇ ਕੀ ਕੀਤਾ ਬੱਚੇ ਨੇ ਜਿਹੜਾ ਦੋ ਪਾਰਟਸ ਤੇ ਡਿਵਾਈਡ ਸੀ ਉਹ ਵਾਲਾ ਚਾਕਲੇਟ ਲੈ ਲਿਆ ਕਿਉਂ ਕਿ ਕਿਉਂਕਿ ਬੱਚੇ ਨੂੰ ਇਹ ਲੱਗਾ ਕਿ ਨਹੀਂ ਇਹਦੇ ਵਿੱਚ ਤਾਂ ਸਿਰਫ ਇੱਕ ਹੀ ਚਾਕਲੇਟ ਆ ਇਹਦੇ ਵਿੱਚ ਮੈਨੂੰ ਦੋ ਚਾਕਲੇਟ ਮਿਲਣੀਆਂ ਹਾਲਾਂਕਿ ਉਹ ਤਾਂ ਪਾਰਟ ਤਾਂ ਦੋ ਆਣਾ ਇੱਕ ਚਾਕਲੇਟ ਦੇ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਬੱਚੇ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਸੇ ਚਾਕਲੇਟ ਦੇ ਹੀ ਦੋ ਪਾਰਟਸ ਬਣਾ ਕੇ ਦਿੱਤੇ ਠੀਕ ਹੈ ਉਹਦੇ ਵਿੱਚ ਇਸ ਚੀਜ਼ ਦੀ ਕਮੀ ਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਬੱਚੇ ਨੂੰ ਲੈਕ ਆਫ ਕਨਜ਼ਰਵੇਸ਼ਨ ਹੈ ਠੀਕ ਹੈ ਤਾਂ ਇਹ ਤੁਹਾਨੂੰ ਕਲੀਅਰ ਹੋ ਚੁੱਕਿਆ ਹੋਗਾ ਨੈਕਸਟ ਆਪਣਾ ਹੈਗਾ ਐਨੀਮਿਜ਼ਮ ਐਨੀਮਿਜ਼ਮ ਕੀ ਹੁੰਦਾ ਜਿਹਦੇ ਵਿੱਚ ਬੱਚਾ ਬੇਜਾਨ ਚੀਜ਼ਾਂ ਦੇ ਵਿੱਚ ਜਾਨ ਸਮਝਦਾ ਠੀਕ ਹੈ ਉਹਨੂੰ ਐ ਲੱਗਦਾ ਹੈ ਕਿ ਜਿਹੜੀਆਂ ਬੇਜਾਨ ਚੀਜ਼ਾਂ ਹੁੰਦੀਆਂ ਹਨ ਉਹਦੇ ਵਿੱਚ ਜਾਨ ਹੁੰਦੀ ਹੈ ਤੁਸੀਂ ਅਕਸਰ ਦੇਖਿਆ ਹੋਊਗਾ ਕਿ ਬੱਚੇ ਜਿਹੜੇ ਕੀ ਆ ਜਿਵੇਂ ਗਰਲਜ਼ ਆ ਆਪਣੇ ਡਾਲਜ਼ ਦੇ ਨਾਲ ਗੱਲਬਾਤ ਕਰਦੀਆਂ ਠੀਕ ਹੈ ਜਦੋਂ ਸਰਦੀਆਂ ਦੇ ਦਿਨ ਆਉਂਦੇ ਆ ਉਹ ਕੀ ਕਰਦੀਆਂ ਆਪਣੇ ਡਾਲਜ਼ ਨੂੰ ਜਿਹੜੇ ਕੀ ਆ ਕੱਪੜੇ ਪਹਿਨਾਣੇ ਸ਼ੁਰੂ ਕਰ ਦਿੰਦੀਆਂ ਗਰਮ ਠੀਕ ਹੈ ਉਹਨਾਂ ਨੂੰ ਵੀ ਜਿਹੜਾ ਕੀ ਆ ਬਲੈਂਕਟ ਦੇ ਵਿੱਚ ਰੱਖ ਦਿੰਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਜਿਸਾਂ ਨੂੰ ਠੰਡ ਲੱਗ ਰਹੀ ਹੈ ਇਹਦਾ ਮਤਲਬ ਇਹਨੂੰ ਵੀ ਠੰਡ ਲੱਗ ਰਹੀ ਹੈ ਤਾਂ ਉਹ ਕੀ ਸਮਝਦੇ ਆ ਉਹ ਬੇਜਾਨ ਚੀਜ਼ਾਂ ਦੇ ਵਿੱਚ ਜਾਨ ਸਮਝਦੇ ਆ ਠੀਕ ਹੈ ਬਰਾਬਰ ਉਹਨਾਂ ਨੂੰ ਖਾਣਾ ਖਿਲਾਣਾ ਇਹ ਸਾਰੀਆਂ ਚੀਜ਼ਾਂ ਤਾਂ ਬੱਚੇ ਵਿੱਚ ਜਿਹੜਾ ਕੀ ਐਨੀਮਿਜ਼ਮ ਠੀਕ ਹੈ ਬੱਚੇ ਨੂੰ ਇਹ ਸਮਝ ਨਹੀਂ ਆ ਰਹੀ ਹੁੰਦੀ ਕਿਉਂਕਿ ਬੱਚੇ ਨੂੰ ਇਹ ਚੀਜ਼ ਦਾ ਬਿਲਕੁਲ ਨਹੀਂ ਪਤਾ ਹੈ ਉਹ ਇਹ ਚੀਜ਼ ਨੂੰ ਹੀ ਲੈ ਕੇ ਚੱਲਦਾ ਹੈ ਕਿ ਨਹੀਂ ਇਹਦੇ ਵਿੱਚ ਵੀ ਜਾਣ ਠੀਕ ਹੈ ਜੇਕਰ ਇੱਕ ਹੋਰ ਐਗਜ਼ਾਮਪਲ ਦਵਾਂ ਇੱਕ ਬੱਚਾ ਠੀਕ ਹੈ ਉਹ ਤੇਜ਼ ਭੱਜ ਰਿਹਾ ਤੇਜ਼ ਭੱਜਦੇ ਭੱਜਦੇ ਉਹ ਕਿਸੇ ਟੇਬਲ ਦੇ ਵਿੱਚ ਵੱਜਿਆ ਤੇ ਟੇਬਲ ਦੇ ਵੱਜਨ ਕਰਕੇ ਜਿਹੜਾ ਕਿ ਉਹ ਡਿੱਗ ਪੈਂਦਾ ਤੇ ਉਹ ਰੋਣ ਲੱਗ ਜਾਂਦਾ ਠੀਕ ਹੈ ਉਹ ਉਨਾਂ ਚਿਰ ਹੁੰਦਾ ਠੀਕ ਹੈ ਆਪਣੇ ਪੇਰੈਂਟਸ ਨੂੰ ਦੱਸਦਾ ਇਹ ਚੀਜ਼ ਕਹਿ ਕੇ ਕਿ ਮੈਨੂੰ ਟੇਬਲ ਨੇ ਮਾਰਿਆ ਠੀਕ ਹੈ ਉਹਦੇ ਅਕੋਰਡਿੰਗ ਤਾਂ ਇਹੀ ਹੈ ਕਿ ਟੇਬਲ ਨੇ ਉਸਨੂੰ ਮਾਰਿਆ ਤਾਂ ਜਿੰਨਾ ਚਿਰ ਟੇਬਲ ਦੇ ਟੇਬਲ ਨੂੰ ਉਹਦੇ ਪੇਰੈਂਟਸ ਮਾਰ ਨਹੀਂ ਦਿੰਦੇ ਬੱਚਾ ਜਿਹੜਾ ਕਿ ਚੁੱਪ ਨਹੀਂ ਕਰਦਾ ਜਦੋਂ ਟੇਬਲ ਦੇ ਮਾਰ ਦਿੱਤਾ ਜਾਂਦਾ ਬੱਚਾ ਜਿਹੜਾ ਚੁੱਪ ਕਰ ਜਾਂਦਾ ਤਾਂ ਬੱਚੇ ਨੂੰ ਐ ਲੱਗਦਾ ਕਿ ਹਾਂ ਹੁਣ ਉਹਨੂੰ ਵੀ ਸਜ਼ਾ ਮਿਲ ਚੁੱਕੀ ਹੈ ਤੇ ਮੈਂ ਠੀਕ ਆ ਉਹ ਕੀ ਸਮਝ ਰਿਹਾ ਉਹਦੇ ਵਿੱਚ ਕੀ ਹੈ ਉਹ ਸਿਸਟਮ ਦੇ ਵਿੱਚ ਵੀ ਬੱਚਾ ਜਿਹੜਾ ਕਿ ਐਨੀਮਿਜ਼ਮ ਜਾਨੀ ਕਿ ਉਹਨੂੰ ਲੱਗਦਾ ਕਿ ਟੇਬਲ ਦੇ ਵਜ਼ਨ ਨਾਲ ਟੇਬਲ ਨੇ ਮੈਨੂੰ ਮਾਰਿਆ ਟੇਬਲ ਦੇ ਵੀ ਦਰਦ ਹੋਈ ਜਾਂ ਟੇਬਲ ਨੋਵੀਂ ਉਹ ਬੇਜਾਨ ਚੀਜ਼ਾਂ ਦੇ ਵਿੱਚ ਜਿਹੜਾ ਕਿ ਉਹ ਜਾਨ ਨੂੰ ਸਮਝਦਾ ਤਾਂ ਇਹ ਤੁਹਾਨੂੰ ਚੀਜ਼ ਕਲੀਅਰ ਹੋ ਗਈ ਨੈਕਸਟ ਆ ਗਈ ਜੀ ਈ ਰਿਵਰਸਿਬਿਲਟੀ ਇਹ ਵੀ ਬਹੁਤ ਹੀ ਇੰਪੋਰਟੈਂਟ ਆ ਕਿ ਈ ਰਿਵਰਸਿਬਿਲਟੀ ਕੀ ਹੈ ਇਹ ਸਾਰੇ ਜਿੰਨੇ ਵੀ ਵਰਡ ਆ ਬਹੁਤ ਇੰਪੋਰਟੈਂਟ ਆ ਕਈ ਵਾਰ ਇਹ ਜਿਹੜੇ ਕਿ ਐਜ਼ ਇਟ ਇਜ਼ ਐਵੇਂ ਇਗਜ਼ਾਮ ਚ ਪੁੱਛ ਲਈ ਜਾਂਦੇ ਆ ਈ ਰਿਵਰਸਿਬਿਲਟੀ ਕੀ ਆ ਪਲਟਾ ਖਾਨ ਦੀ ਯੋਗਤਾ ਨਹੀਂ ਹੁੰਦੀ ਪਲਟਾ ਖਾਨ ਦੀ ਯੋਗਤਾ ਨਹੀਂ ਹੁੰਦੀ ਬੱਚੇ ਵਿੱਚ ਠੀਕ ਹੈ ਇਹਦੇ ਵਿੱਚ ਪਿਆਜੇ ਨੇ ਜਿਹੜਾ ਕੀ ਆ ਆਪਣੇ ਸਭ ਤੋਂ ਛੋਟੇ ਬੱਚੇ ਦੇ ਇੱਕ ਰਿਸਰਚ ਕੀਤੀ ਆ ਆਪਦੇ ਬੇਟੇ ਤੇ ਰਿਸਰਚ ਕੀਤੀ ਆ ਉਹਨੇ ਉਹਦਾ ਬੱਚਾ ਜਿਹੜਾ ਕੀ ਆ ਸਕੂਲ ਜਾਂਦਾ ਸੀ ਵੈਨ ਦੇ ਉੱਪਰ ਇੱਕ ਦਿਨ ਪਿਆਜੇ ਨੇ ਰਿਸਰਚ ਕੀਤੀ ਕਿ ਉਹਦੀ ਸਕੂਲ ਵੈਨ ਜਿਹੜੀ ਕਿ ਲੇਟ ਹੋਊਗੀ ਠੀਕ ਹੈ ਤੇ ਸਕੂਲ ਸੋਰੀ ਉਹ ਉਹਨੂੰ ਲੇਟ ਕਰਵਾਤਾ ਤੇ ਉਹਦੀ ਸਕੂਲ ਵੈਨ ਜਿਹੜੀ ਕਿ ਚਲੀ ਗਈ ਠੀਕ ਹੈ ਪਿਆਜੇ ਨੇ ਕੀ ਕੀਤਾ ਪਿਆਜੇ ਨੇ ਉਹਨੂੰ ਜਿਹੜਾ ਕੀ ਆ ਪੈਦਲ ਹੀ ਸਕੂਲ ਤੱਕ ਛੱਡਣ ਨੂੰ ਕਿਹਾ ਪੈਦਲ ਆਕਾਰ ਠੀਕ ਹੈ ਤੇ ਆ ਜਿਹੜਾ ਕੀ ਆ ਉਹਦਾ ਸਕੂਲ ਹੈ ਪਿਆਜੇ ਨੇ ਕੀ ਕੀਤਾ ਆਪਣੇ ਬੇਟੇ ਨੂੰ ਜਿਹੜਾ ਕੀ ਹੈ ਘਰ ਤੋਂ ਜਿਹੜਾ ਕੀ ਸਕੂਲ ਵੱਲ ਲੈ ਗਿਆ ਠੀਕ ਹੈ ਸਕੂਲ ਵੱਲ ਉਹ ਛੱਡ ਕੇ ਆਇਆ ਤੇ ਉਹਨੂੰ ਜਦੋਂ ਸਕੂਲ ਛੱਡ ਕੇ ਆਇਆ ਤਾਂ ਪਿਆਜ ਨੇ ਉਹਨੂੰ ਇਹ ਪੁੱਛਿਆ ਕਿ ਤੈਨੂੰ ਸਕੂਲ ਦਾ ਹੁਣ ਰਸਤਾ ਪਤਾ ਲੱਗ ਗਿਆ ਠੀਕ ਹੈ ਜਦੋਂ ਵੀ ਤੂੰ ਹੁਣ ਛੁੱਟੀ ਹੋਈ ਤਾਂ ਤਾ ਸਕੂਲ ਤੋਂ ਤੂੰ ਘਰ ਆ ਜੀਂ ਵਾਪਸ ਤਾਂ ਬੱਚੇ ਨੇ ਇਹ ਗੱਲ ਦਾ ਜਵਾਬ ਦਿੱਤਾ ਕਿ ਮੈਨੂੰ ਘਰ ਤੋਂ ਸਕੂਲ ਦਾ ਰਸਤਾ ਪਤਾ ਬਟ ਮੈਨੂੰ ਸਕੂਲ ਤੋਂ ਜਿਹੜਾ ਕਿ ਘਰ ਦਾ ਰਸਤਾ ਨਹੀਂ ਪਤਾ ਇੱਥੋਂ ਕੀ ਹੋ ਗਿਆ ਕਿ ਬੱਚੇ ਦੇ ਵਿੱਚ ਜਿਹੜੀ ਕੀ ਆ ਈ ਰਿਵਰਸਿਬਿਲਟੀ ਆ ਬੱਚੇ ਨੂੰ ਇੱਕ ਚੀਜ਼ ਦਾ ਪਤਾ ਹੈ ਕਿ ਮੈਂ ਘਰ ਤੋਂ ਸਕੂਲ ਕਿਵੇਂ ਜਾਣਾ ਬਟ ਉਹਨੂੰ ਸਕੂਲ ਤੋਂ ਘਰ ਦਾ ਰਸਤਾ ਨਹੀਂ ਪਤਾ ਤਾ ਉਹਦੇ ਵਿੱਚ ਜਿਹੜੀ ਕਿ ਲੈਕ ਆਫ ਲੌਜੀਕਲੈਸ ਆ ਠੀਕ ਹੈ ਤਰਕ ਨਹੀਂ ਲਗਾ ਪੰਦਾ ਜੇਕਰ ਇੱਕ ਅਨਦਰ ਐਗਜ਼ਾਮਪਲ ਦਵਾਂ ਕਿ ਬੱਚਾ ਜਿਹੜਾ ਕਿ ਆ 1 2 3 4 ਲਿਖ ਸਕਦਾ ਠੀਕ ਹੈ 1 2 3 ਜਿਹੜਾ ਕਿ ਇਹ ਲਿਖ ਵੀ ਸਕਦਾ ਬੋਲ ਵੀ ਸਕਦਾ ਬੱਚਾ ਕਹਿ ਦੂਗਾ 1 2 3 4 ਜੇਕਰ ਆਪਾਂ ਉਹਨੂੰ ਇਹ ਕਹੀਏ ਕਿ ਤੂੰ 4 3 2 1 ਬੋਲ ਇਹ ਬੱਚਾ ਨਹੀਂ ਬੋਲ ਸਕਦਾ ਤਾਂ ਇਹਦਾ ਮਤਲਬ ਕੀ ਹੈ ਬੱਚੇ ਵਿੱਚ ਰਿਵਰਸੇਬਿਲਟੀ ਨਹੀਂ ਹੈਗੀ ਪਲਟਾ ਖਾਂਦ ਯੋਗਤਾ ਨਹੀਂ ਹੈਗੀ ਉਹਦੇ ਵਿੱਚ ਠੀਕ ਹੈ ਨੈਕਸਟ ਆ ਗਿਆ ኢਗੋਸੈਂਟ੍ਰੀਜ਼ਮ ኢਗੋਸੈਂਟ੍ਰੀਜ਼ਮ ਕੀ ਹੈ ਪਿਆਜੇ ਨੇ ਇਹ ਵੀ ਰਿਸਰਚ ਕੀਤੀ ਹੈ ਕਿ ਬੱਚੇ ਦੇ ਵਿੱਚ ਅਹਮ ਕੇਂਦ੍ਰਿਕ ਹੁੰਦਾ ਬੱਚਾ ਜਿਹੜਾ ਕੀ ਆ ਜਿੱਦੀ ਹੁੰਦਾ ਯਾਨੀ ਕਿ ਜਦੋਂ ਪ੍ਰੀ ਆਪਰੇਸ਼ਨ 2 ਤੋਂ 7 ਸਾਲ ਦੀ ਇਸ ਦੇ ਵਿੱਚ ਬੱਚਾ ਹੁੰਦਾ ਤਾਂ ਬੱਚਾ ਜਿਹੜਾ ਕਿ ਜਿੱਦੀ ਹੁੰਦਾ ਉਹ ਬੱਚਾ ਜੋ ਕੋ ਸੋਚਦਾ ਹੁੰਦਾ ਹੈ ਉਹਦੇ ਅਕੋਰਡਿੰਗ ਉਹੀ ਚੀਜ਼ੀ ਹੈ ਜੇਕਰ ਉਹ ਬੱਚੇ ਨੂੰ ਕਿਸੇ ਡੋਗ ਤੋਂ ਡਰ ਲੱਗਦਾ ਤਾਂ ਉਹਨੂੰ ਇਹ ਲੱਗਦਾ ਹੈ ਵੀ ਮੇਰੇ ਪੇਰੈਂਟਸ ਜਾਂ ਸਾਰੀ ਦੁਨੀਆ ਨੂੰ ਹੀ ਡਰ ਲੱਗਦਾ ਹੋਊਗਾ ਠੀਕ ਹੈ ਜੋ ਉਹਦੀ ਥਿੰਕਿੰਗ ਆ ਉਹ ਇਹੀ ਚੀਜ਼ ਸੋਚਦਾ ਕਿ ਮੇਰੇ ਪੇਰੈਂਟਸ ਤੇ ਵੀ ਇਹੀ ਥਿੰਕਿੰਗ ਹੋਊਗੀ ਤਾਂ ਉਹ ਆਪਦੀ ਜਿੱਦ ਜਿਹੜੀ ਕੀ ਹੈ ਮੁੱਖ ਰੱਖਦਾ ਇਸ ਤਰੀਕੇ ਨਾਲ ਅਸੀਂ ਉਹਨੂੰ ਕਹਿ ਸਕਦੇ ਹਾਂ ਇਹ ਈਗੋਸੈਂਟ੍ਰਿਜ਼ਮ ਠੀਕ ਹੈ ਨੈਕਸਟ ਆਪਾਂ ਲੌਜੀਕ ਲੈਸਿਕ ਦੀ ਗੱਲ ਕੀਤੀ ਹੈ ਕਿ ਬੱਚਾ ਜਿਹੜਾ ਕੀ ਹੈ ਇੱਥੇ ਬੱਚੇ ਨੂੰ ਜਿਹੜਾ ਕੀ ਤਰਕ ਨਹੀਂ ਹੁੰਦਾ ਠੀਕ ਹੈ ਤਰਕਹੀਨ ਹੁੰਦਾ ਬੱਚਾ ਇੱਥੇ ਬੱਚੇ ਦੇ ਵਿੱਚ ਕੋਈ ਲੌਜੀਕ ਨਹੀਂ ਆਂਦਾ ਨੈਕਸਟ ਜੇਕਰ ਗੱਲ ਕੀਤੀ ਜਾਵੇ ਇਹ ਬਹੁਤ ਇੰਪੋਰਟੈਂਟ ਹੈ ਅਕੋਰਡਿੰਗ ਟੂ ਪਿਆਜੇ ਠੀਕ ਹੈ ਚਾਈਲਡ ਲਰਨਸ ਟੂ ਥਿੰਕ ਫਰਸਟ ਪਿਆਜੇ ਇਹ ਸੋਚਦਾ ਕਿ ਜਿਹੜਾ ਬੱਚਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਕੀ ਹੈ ਥਿੰਕਿੰਗ ਕਰਦਾ ਠੀਕ ਹੈ ਪਿਆਜੇ ਦਾ ਇਹ ਸੋਚਣਾ ਕਿ ਬੱਚਾ ਸਭ ਤੋਂ ਪਹਿਲਾਂ ਜਿਹੜਾ ਕੀ ਥਿੰਕ ਕਰਦਾ ਠੀਕ ਹੈ ਫਿਰ ਉਹਦੇ ਵਿੱਚ ਜਿਹੜੀ ਕਿ ਡਿਵੈਲਪ ਹੁੰਦੀ ਹੈ ਲੈਂਗੁਏਜ ਲੈਂਗੁਏਜ ਜਿਹੜੀ ਕਿ ਭਾਸ਼ਾ ਜਿਹੜੀ ਬਾਅਦ ਵਿੱਚ ਹੁੰਦੀ ਹੈ ਪਿਆਜ ਦਾ ਸੋਚਣ ਦਾ ਤਰੀਕਾ ਕੀ ਹੈ ਕਿ ਸਭ ਤੋਂ ਪਹਿਲਾਂ ਬੱਚਾ ਜਿਹੜਾ ਕੋਈ ਸੋਚਣਾ ਸ਼ੁਰੂ ਕਰਦਾ ਹੈ ਠੀਕ ਹੈ ਬੱਚੇ ਦੇ ਵਿੱਚ ਸਭ ਤੋਂ ਪਹਿਲਾਂ ਸੋਚਣਾ ਆਉਂਦਾ ਹੈ ਠੀਕ ਹੈ ਬਾਅਦ ਵਿੱਚ ਜਿਹੜੀ ਕਿ ਉਹਦੀ ਭਾਸ਼ਾ ਦਾ ਜਿਹੜਾ ਕੀ ਆ ਵਿਕਾਸ ਹੁੰਦਾ ਠੀਕ ਹੈ ਤਾਂ ਅੱਜ ਦੇ ਟਾਪਿਕ ਦੇ ਵਿੱਚ ਆਪਣਾ ਜਿਹੜਾ ਕੀ ਆ ਪਿਆਜ ਦੀ ਥਿਊਰੀ ਜਿਹੜੀ ਸੈਕੰਡ ਸਟੇਜ ਹੈਗੀ ਪ੍ਰੀ ਆਪਰੇਸ਼ਨ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜਿਆ ਇਹ ਬਹੁਤ ਹੀ ਇੰਪੋਰਟੈਂਟ ਟਾਪਿਕ ਹੈਗੇ ਆ ਇਹਨਾਂ ਨੂੰ ਡਿਟੇਲ ਨਾਲ ਜ਼ਰੂਰ ਦੇਖੋ ਠੀਕ ਹੈ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਜਿਹੜਾ ਕੀ ਆ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓਗੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ